चोरां ने हुण धार्मिक स्थानां नूं भी नहीं छड्डिया। नकोदर दे चक्रेश्वरी मंदर जिहड़ा जैन मंदर आ मलसियां रोड ते आ, उत्थे रात चोरां ने निशाना बनाया ते काफ़ी नुकसान किया। मेरा नाम गौरव जैन जी। की गलबात हो जी? इस बार जी असी सारे जैन समाज से खड़ा अज नकोदर तो। साडा बहुत प्राचीन मलसिया रोड से माता श्री चक्रेश्वरी देवी जैन टैंपल आज मंदिर आ। इत्थे रात तकरीबन जो सानू पता लगा वा 11-12 बजे करीब चोरी हुई है जी मंदिर च, मंदिर के अंदरों। तो चलो बहुत नुकसान तो आप नहीं कह सकते होया, पर फिर भी ये बड़ी माड़ी है, निंदनीय गल आ ਵੀ ਜਿਹੜੀ ਮੰਦਰਾਂ ਨੂੰ ਧਾਰਮਿਕ ਸਥਾਨ ਵੀ ਬਖਸ਼ਿਆ ਨਹੀਂ ਜਾ ਰਿਹਾ। ਇਹ ਘਟਨਾ ਜਿਹੜੀ ਬਹੁਤ ਹੀ ਜ਼ਿਆਦਾ ਸਾਡੇ ਜੈਨ ਸਮਾਜ ਇਸ ਗੱਲ ਦਾ ਰੋਸ਼ ਆ, ਅਸ਼ਾਤਰਾ ਹੋਈ ਆ। ਇਸ ਗੱਲ ਦੇ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਬੁਲਾਇਆ ਜੀ। ਬਾਕੀ ਜੋ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੂਗਾ ਉਸ ਹਿਸਾਬ ਨਾਲ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਵੀ ਜਲਦ ਤੋਂ ਜਲਦ ਜਿਹੜੇ ਚੋਰ ਹੈ ਫੜੇ ਜਾਣ ਔਰ ਜੋ ਸਾਡਾ ਨੁਕਸਾਨ ਹੋਇਆ ਸਾਨੂੰ ਰਿਕਵਰੀ ਕਰਾਈ ਜਾਵੇ। ਕੀ ਨੁਕਸਾਨ ਕੀ ਹੈ ਸਰ? ਨੁਕਸਾਨ ਜੀ ਹਲੇ ਫੌਰੀ ਤੌਰ 'ਤੇ ਉਹ ਦੇਖਿਆ ਗਿਆ ਵਾ, ਜਿੱਦਾਂ ਹੁਣ ਸਵੇਰ ਦੇ 7:30-8 ਵਜੇ ਆ, ਤਕਰੀਬਨ 6 ਚਾਂਦੀ ਦੀ ਚੇਨਾਂ ਜੀ, ਇੱਕ ਸਾਡਾ ਮਹਾਮਾਰੀ ਦਾ ਮੁਕਟ ਸੀਗਾ ਜੀ, ਅਤੇ 4 ਸਾਡੀਆਂ ਚੂੜੀਆਂ ਜਿਹੜੀਆਂ ਫੌਰੀ ਤੌਰ 'ਤੇ ਦੇਖਿਆ ਗਿਆ ਵੀ ਇਹ ਉੱਥੋਂ ਲੱਥੀਆਂ ਹੋਈਆਂ ਵਾ। ਅਤੇ ਫਿਲਹਾਲ ਇਹ ਬਾਕੀ ਅਸੀਂ ਜਾਂਚ ਕਰ ਰਹੇ ਹਾਂ ਵੀ ਹੋਰ ਕੀ ਨੁਕਸਾਨ ਹੋਣ ਦੀ ਸੰਭਾਵਨਾ ਹੈਗੀ ਆ। ਕੁਛ CCTV ਕੈਮਰੇ ਲੱਗੇ ਜੀ ਇੱਥੇ? ਬਿਲਕੁਲ CCTV ਕੈਮਰੇ ਲੱਗੇ, ਰਾਤ ਹੋਣ ਕਾਰਨ ਅੰਦਰ ਲਾਈਟਾਂ ਬੰਦ ਰਹਿਗੀਆਂ ਪੁਜਾਰੀ ਕੋਈ ਗਲਤੀ ਨਾ, ਅਤੇ ਇੰਨਾ ਪਤਾ ਲੱਗ ਰਿਹਾ ਵੀ ਮਹਾਮਾਰੀ ਦੀ ਜਿਹੜੀ ਜੋਤ ਸਾਡੀ ਉੱਥੇ ਪਈ ਸੀਗੀ ਉਹ ਜੋਤ ਦੀ ਲਾਈਟ ਸੀਗੀ, ਲਾਈਟ ਦੇ ਮੂਹਰੇ ਦੋ ਬੰਦੇ ਉਹ ਜੋਤ ਚੱਕ ਕੇ ਕਿਤੇ ਦੂਸਰੀ ਜਗ੍ਹਾ ਰੱਖ ਕੇ ਆਏ ਆ। ਅੰਦਰ ਦੋ ਬੰਦੇ ਆਏ ਜੀ, ਹੁਣ ਛੱਤ ਨਹੀਂ ਆਏ ਆ, ਇਹ ਨਹੀਂ ਪਤਾ ਟੋਟਲ ਕਿੰਨੇ ਬੰਦੇ ਸੀ ਉਹ। ਕੀ ਮੰਗ ਆ ਜੀ ਤੁਹਾਨੂੰ ਪੁਲਿਸ ਪ੍ਰਸ਼ਾਸਨ ਪਹਿਲਾਂ ਦੱਸਿਆ? ਦੇਖੋ ਮੈਂ ਪੁਲਿਸ ਪ੍ਰਸ਼ਾਸਨ ਤੁਹਾਨੂੰ ਹਾਂਜੀ ਬਿਲਕੁਲ ਜੀ, ਮੈਂ ਆਉਂਦੇ ਮੈਨੂੰ ਸਮਾਜ ਦਾ ਫੋਨ ਜਦੋਂ ਆਇਆ, ਜੈਨ ਸਮਾਜ ਸਾਡੇ ਪ੍ਰਧਾਨ ਸੁਸ਼ੀਲ ਜੈਨ ਜੀ ਖੜ੍ਹੇ ਇੱਥੇ, ਇਹਨਾਂ ਦਾ ਫੋਨ ਆਇਆ, ਮੈਂ ਉਸੇ ਵੇਲੇ ਮੌਕੇ 'ਤੇ ਹੀ ਕੁਛ 7 ਵਜੇ ਇੱਥੇ ਪਹੁੰਚ ਗਿਆ। ਅਤੇ ਉਸੇ ਵੇਲੇ ਅਸੀਂ ਥਾਣਾ ਸਿਟੀ ਪੁਲਿਸ ਨਕੋਦਰ ਨੂੰ ਇੰਟੀਮੇਸ਼ਨ ਦੇ ਦਿੱਤੀ ਔਰ IO ਸਾਡੇ ਜਿਹੜੇ ਹੈਗੇ ਇੰਚਾਰਜ ਇੱਥੇ ਇਸ ਟਾਈਮ ਡਿਊਟੀ ਅਫਸਰ ਆ ਉਹ ਮੌਕੇ 'ਤੇ ਪਹੁੰਚ ਗਏ ਆ, ਉਹ ਆਪਣੀ ਤਫਤੀਸ਼ ਕਰ ਰਹੇ ਜੀ। ਮੰਗ ਕੀ ਆ ਜੀ? ਮੰਗ ਸਾਡੀ ਇਹ, ਦੇਖੋ ਸ਼ਹਿਰ 'ਚ ਜਿਹੜੀ ਇੱਦਾਂ ਦੀ ਵਾਰਦਾਤਾਂ ਬਹੁਤ ਜ਼ਿਆਦਾ ਹੋ ਰਹੀਆਂ, ਜੇ ਇੱਕ ਆਪਾਂ ਟਰੇਸ ਕਰ ਲਈ ਤਾਂ ਹਜ਼ਾਰਾਂ ਟਰੇਸ ਕਰਨ ਤੋਂ ਬਿਨਾਂ ਹੀ ਪਈਆਂ ਵਾ। ਮੈਂ ਤਾਂ ਇਹ ਕਹੂੰਗਾ ਵੀ ਇਹ ਮੰਦਰਾਂ ਨੂੰ ਇਹ ਚੋਰ ਨਹੀਂ ਛੱਡ ਰਹੇ, ਮਤਲਬ ਪੁਲਿਸ ਦਾ ਭੈ ਖੌਫ ਰਿਹਾ ਹੀ ਨਹੀਂ ਹੈਗਾ ਚੋਰਾਂ ਦੇ ਵਿੱਚ, ਅਤੇ ਆਪਾਂ ਕੀ ਸੇਫਟੀ ਪ੍ਰੋਵਾਈਡ ਕਰਾਂਗੇ? ਦੇਖੋ ਸਾਡੇ ਇੱਥੇ ਮੰਦਰ 'ਚ ਪੁਜਾਰੀ ਵੀ ਹੈਗੇ, ਰਹਿੰਦੇ ਸਭ ਕੁਝ ਹੈਗਾ, ਪਰ ਇੰਨੀ ਠੰਡ ਹੋਣ ਦੇ ਬਾਵਜੂਦ ਆਪਣਾ ਹਰ ਬੰਦਾ ਆਪਣੇ ਅੰਦਰ ਸੁੱਤਿਆ ਹੁੰਦਾ, ਲੇਟਿਆ ਹੁੰਦਾ, ਪਰ ਚੋਰਾਂ ਨੂੰ ਬਿਲਕੁਲ ਭੈ ਖੌਫ ਰਿਹਾ ਹੀ ਨਹੀਂ ਜੀ, ਜਿਹਨਾਂ ਨੇ ਮੰਦਰ ਵੀ ਛੱਡੇ। ਸਰੀਏ ਕੱਟੇ ਆ, ਦੋਨੇ ਸਰੀਏ ਕੱਟ ਕੇ। ਕੀ ਨਾਂ ਜੀ ਤੁਹਾਡਾ? ਉਮੇਸ਼ ਜੈਨ। ਹਾਂਜੀ, ਕੀ ਕਿੱਦਾਂ? ਉੱਪਰੋਂ ਛੱਤ ਤੋਂ ਸਰੀਏ ਕੱਟ ਕੇ ਆਏ ਆ, ਫਾਈਬਰ ਸ਼ੀਟ ਲੱਗੀ ਆ, ਉਹ ਤੋਂ ਉਹ ਕੱਟਿਆ, ਸਰੀਆ ਕੱਟ ਕੇ ਲਮਕ ਕੇ ਆਏ ਆ, ਕਿਉਂਕਿ ਹਾਂ ਮਿੱਟੀ ਪਈ ਉੱਥੇ, ਤੁਸੀਂ ਦੇਖਿਆ। ਹਾਂਜੀ, ਕੀ ਨਾਂ ਜੀ ਤੁਹਾਡਾ? ਰਾਜੀਵ ਜੈਨ। ਹਾਂਜੀ, ਕੀ ਉਹਦਾ ਤੁਹਾਡਾ ਜੀ? ਮੈਂ ਸੈਕਟਰੀ ਹੈ ਮੰਦਰ ਦੀ, ਪ੍ਰਬੰਧਕ ਕਮੇਟੀ ਦਾ ਜੀ, ਅਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਸ ਜਿਹੜਾ ਸਾਡਾ ਨੁਕਸਾਨ ਹੋਇਆ ਨਾਲ ਚੋਰੀ ਹੋਈ, ਇਹਦਾ ਜਲਦੀ ਤੋਂ ਜਲਦੀ ਟਰੇਸ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਫੜਿਆ ਜਾਵੇ, ਅਤੇ ਜਿਹੜਾ ਸ਼ਹਿਰ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਇਹਨੂੰ ਸਹੀ ਕੀਤਾ ਜਾਵੇ। ਇਹ ਬਹੁਤ ਮੰਦਭਾਗੀ ਗੱਲ ਆ ਕਿ ਧਾਰਮਿਕ ਸਥਾਨਾਂ ਨੂੰ ਵੀ ਅੱਜ ਕੱਲ੍ਹ ਲੋਕ ਛੱਡ ਨਹੀਂ ਰਹੇ। ਸੁਨੀਲ ਜੈਨ। ਕੀ ਉਹਦਾ ਜੀ ਤੁਹਾਡਾ? ਪ੍ਰਧਾਨ। ਪ੍ਰਧਾਨ ਹੈ ਜੀ। ਹਾਂਜੀ, ਕੀ ਗੱਲਬਾਤ ਹੋਈ? ਮੈਨੂੰ ਸਵੇਰੇ ਪੰਡਿਤ ਹੋਣਾ ਟੈਲੀਫੋਨ ਆਇਆ ਕਿ ਮੰਦਰ 'ਚ ਚੋਰੀ ਹੋਈ ਆ, ਅਤੇ ਜਦੋਂ ਆ ਕੇ ਦੇਖਿਆ ਵਾ ਤਾਂ ਉੱਪਰੋਂ ਦੀ ਸਰੀਏ ਵੱਢ ਕੇ ਬੰਦੇ ਦੋ ਜਣੇ ਅੰਦਰ ਆਏ ਸੀਗੇ, ਅਤੇ ਪਿਛਲੇ ਪਾਸੇ ਦੀ, ਅਤੇ ਮੰਦਰ ਉਹ ਸਮਾਨ ਥੋੜ੍ਹਾ ਜਿਹਾ ਚੋਰੀ ਹੋਇਆ, ਅਸੀਂ ਡਿਟੇਲ ਉਹਦੀ ਦੇਖਦੇ ਪਏ ਹਾਂ ਕੀ ਆ। ਕੀ ਨਾਂ ਜੀ ਤੁਹਾਡਾ? ਪੰਡਿਤ ਬਲਰਾਮ ਮਿਸਰਾ। ਪੰਡਿਤ ਜੀ, ਕੀ ਬਾਤ ਹੋਈ? ਮੈਂ ਸੁਬਹਾ ਗੇਟ ਖੋਲ੍ਹਾ ਤਾਂ ਦੇਖਿਆ। ਕਿੰਨੇ ਵਜੇ ਕਰੀ? ਮੈਂ ਲਗਭਗ ਖੋਲ੍ਹੇ ਹੈ ਗੇਟ ਆਪਣਾ 6 ਵਜੇ ਜੀ। ਹਾਂ ਜੀ, ਤਾਂ ਮੈਂ ਦੇਖਾ ਕਿ ਜੋਤ ਦੇਖੇ ਹੈ, ਜੋਤ ਬੁਝੇ ਤਾਂ ਦੇਖਾ ਕਿ ਜੋਤ ਹੈ ਨਹੀਂ, ਸਟੈਂਡ ਜੋਤ ਵਿੱਚ ਚਾਂਦੀ ਕਾ ਜੋਤ ਥਾ ਜੀ, ਤਾਂ ਹਮ ਦੇਖਣ ਸਟੈਂਡ ਵੀ ਨਹੀਂ ਹੈ ਨਾ ਜੋਤ ਹੈ। ਮੈਂ ਘਬਰਾ ਕੇ ਆਇਆ ਅੰਦਰ ਬਤਾਇਆ, ਤਾਂ ਫਿਰ ਤੋ ਕਹਿੰਦੇ ਦੇਖੋ ਬਿਲਾਰ ਨਾ ਕਹੀਂ, ਤੋ ਦੇਖਾ ਤਾਂ ਬੜੀ ਮਾਤਾ ਕੇ ਉਧਰ ਚੌਕੀ ਉੱਪਰ ਰੱਖਾ ਹੁਆ ਥਾ ਜੋਤ,
फिर मैंने प्रधान फिर आगे जाए देखा मिट्टी देखा फिर ऊपर देखा सरिया फाइबर कटा हुआ। मैं तुरंत प्रधान जी को फ़ोन किया तो प्रधान जी तुरंत आ गए। हाँ जी सर की ना जी ये सीन छत्र सिंह थाना सिटी नकोदर की गलबात हुई जी। रात मंदिर चोरी हुई है उस संबंध में प्रबंध कमेटी ने इतला दी उससे आए मौका वेख्या जो अगर फरदर जो भी कार्रवाई वो करेंगे ਸੁਸ਼ੀਲ ਧਿੰਗੜਾ ਏਕਤਾ ਲਹਿਰ ਨਿਊਜ਼ ਨਕੋਦਰ।